ਤੁਸੀਂ ਦੇਖ ਰਹੇ ਹੋ ਦੀਪਦਮ ਟੀਵੀ ਚੈਨਲ। ਅੱਜ ਅਸੀਂ ਮਾਹਲਪੁਰ ਜੋ ਕਿ ਹਸਪੀਟਲ ਦੇ ਵਿੱਚ ਪਹੁੰਚੇ ਹਾਂ, ਜਿੱਥੇ ਖਾਲਸਾ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਜੋ ਇਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਨੇ, ਜਠੇਰਿਆਂ ਦੇ ਜੋ ਖੰਡ ਪਾਠ ਮਨਮਤੀਏ ਲੋਕ ਜਿਹੜੇ ਰੱਖ ਰਹੇ ਸੀ, ਇਹਨਾਂ ਯੋਧਿਆਂ ਨੇ ਜਿਹੜੇ ਸੀ ਉਹ ਖੰਡ ਪਾਠ ਜਾ ਕੇ ਉੱਥੇ ਰੋਕੇ। ਕੁਝ ਨਿਹੰਗ ਜਥੇਬੰਦੀਆਂ ਔਰ ਕੁਝ ਪਿੰਡ ਦੇ ਲੋਕਾਂ ਨੇ ਇਹਨਾਂ ਦੇ ਜਿਹੜੇ ਸੱਟਾਂ ਲਾਈਆਂ ਨੇ। ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਜਾਕੂ ਹਰ ਰੰਗ ਲਾਗੂ ਇਸ ਯੁੱਗ ਮੈਂ ਸੋ ਕਹੀ ਹੈ ਤੇ ਸੂਰਾ। ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਇਹ ਕਿਹੜੇ ਸੂਰਮੇ ਨੇ ਜਿਹੜੇ ਬਾਬੇ ਨਾਨਕ ਦੀ ਬਾਣੀ ਵਿੱਚ ਨੇ, ਕਿ ਜਿਹੜੇ ਅੱਜ ਅਖੋਤੀ ਸੂਰਮੇ ਬਣੇ ਫਿਰਦੇ ਨੇ ਜਠੇਰਿਆਂ ਦੇ ਪਾਠ ਰਖਵਾ ਕੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਿਰ ਦੇ ਵਿੱਚ ਸੱਟ ਲੱਗੀ ਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਉਂ ਲੱਗੀ ਆ, ਕਿਵੇਂ ਲੱਗੀ ਆ? ਸਿੰਘ ਸਾਹਿਬ ਜੀ, ਮੈਂ ਸਵੇਰੇ ਕੱਲ ਅੰਮ੍ਰਿਤ ਜਿੱਦਣ ਮੇਰੇ ਪਾਠ ਰੱਖੇ, ਮੇਰੇ ਹੁਣ ਸੋਚਦਾ ਵੀ ਨਹੀਂ ਕੁਛ ਬੋਲਾਂ ਨੂੰ, ਅਤੇ ਜਿੱਦਣ ਪਾਠ ਰੱਖਿਆ ਇਹਨਾਂ ਨੇ ਚੋਰੀ ਪਾਠ ਰੱਖਿਆ ਜੀ। ਮੈਨੂੰ ਜਦੋਂ ਆਵਾਜ਼ ਆਈ ਘਰ ਦੇ ਵਿੱਚ, ਮੈਂ ਸੁੱਤਾ ਪਿਆ ਥੋੜ੍ਹਾ ਜਿਹਾ ਘੁੰਮਦਾ ਸੀਗਾ, ਮੈਨੂੰ ਇਹਨਾਂ ਨੇ ਆਵਾਜ਼ ਆਈ ਬਾਹਰੋਂ ਕਿ ਪਾਠ ਲੈ ਕੇ ਚੱਲੇ ਜਾਂ ਕਿੱਦਾਂ, ਕਾਹਦੀ ਆਵਾਜ਼ ਆ ਰਹੀ ਆ। ਮੈਂ ਜਦੋਂ ਬਾਹਰ ਦੇਖਿਆ ਗੁਰਦੁਆਰੇ ਸਾਹਿਬ ਵੱਲ ਨੂੰ ਗਿਆ, ਇੱਕ ਜਵਾਨ ਜੋਤ ਫੜ ਕੇ ਮੋਟਰਸਾਈਕਲ ਦੇ ਉੱਤੇ ਬੈਠਾ ਸੀਗਾ। ਮੈਂ ਕਿਹਾ ਸ਼ਾਇਦ ਇਹ ਪਾਠ ਮਹਾਰਾਜ ਦੇ ਸਰੂਪ ਲੈ ਕੇ ਜਾ ਰਹੇ ਹੋਣੇ ਜਠੇਰਿਆਂ ਨੂੰ। ਮੈਂ ਆਪਣੀ ਚਾਹ ਚੂ ਵਿੱਚੇ ਛੱਡੀ ਜੀ, ਮੈਂ ਮੋਟਰਸਾਈਕਲ ਚੱਕਿਆ ਅਤੇ ਮੈਂ ਜਠੇਰਿਆਂ ਨੂੰ ਗਿਆ। ਉੱਥੇ ਦੇਖਿਆ 6-7 ਪਾਠੀ ਬੈਠੇ ਸਨ। ਮੈਂ ਉਹਨਾਂ ਨੂੰ ਇਹ ਗੱਲ ਕਹੀ, ਮੈਂ ਕਿਹਾ ਪਾਠੀ ਸਿੰਘ, ਤੁਸੀਂ ਫਿਰ ਕਹਿੰਦੇ ਵੀ ਤੁਹਾਨੂੰ ਸਤਿਕਾਰ ਕਮੇਟੀ ਕੁੱਟਦੀ ਆ, ਤੁਸੀਂ ਇੱਥੇ ਪਾਠ ਕਰਨ ਆਏ ਆ, ਫਿਰ ਤੁਹਾਡੇ ਪੈਂਦੀਆਂ ਤਾਂ ਫਿਰ ਤੁਸੀਂ ਕਹਿੰਦੇ ਵੀ ਸਤਿਕਾਰ ਕਮੇਟੀਆਂ ਸਾਨੂੰ ਕੁੱਟਦੀਆਂ। ਮੈਂ ਕਿਹਾ ਤੁਸੀਂ ਸਿੰਘੋ ਇਹ ਕੰਮ ਨਾ ਕਰੋ, ਇੱਥੋਂ ਤੁਸੀਂ ਚਲ ਜਾਓ। ਕਹਿੰਦੇ ਸਾਨੂੰ ਤਾਂ ਭਾਵਾਂ ਮਸਜਿਦਾਂ ਦੇ ਵਿੱਚ ਲੈ ਜਾਓ, ਭਾਵਾਂ ਇੱਥੇ ਲੈ ਜਾਓ ਚਰਚਾਂ 'ਚ, ਕਹਿੰਦੇ ਮਹਾਰਾਜ ਦੇ ਸਰੂਪ ਲੈ ਜਾਓਗੇ, ਅਸੀਂ ਉੱਥੇ ਪਾਠ ਕਰਨੇ ਆ। ਇਹਨਾਂ ਦੇ ਇਹ ਜਵਾਬ ਸੀਗੇ, ਕਹਿੰਦੇ ਤੁਸੀਂ ਨਹੀਂ ਤਾਂ ਤੁਸੀਂ ਸਾਨੂੰ ਪੈਸੇ ਦੇ ਦਿਓ। ਫਿਰ ਉੱਨੀ ਦੇਰ ਨੂੰ ਇਹ ਨਿਹੰਗ ਸਿੰਘ ਉੱਥੇ ਪਹੁੰਚ ਗਿਆ ਗੱਡੀ। ਜਦੋਂ ਗੱਡੀ ਪਹੁੰਚੀ ਨਿਹੰਗ ਸਿੰਘਾਂ ਦੀ, ਮੈਂ ਉਹਨਾਂ ਨੂੰ ਫਤਿਹ ਬੁਲਾਈ। ਨਿਹੰਗ ਸਿੰਘ ਮੈਨੂੰ ਕੋਈ ਫਤਿਹ ਦਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜੀ। ਮੈਂ ਗੱਜ ਕੇ ਫਤਿਹ ਬੁਲਾਈ ਸੀਗੀ। ਨਿਹੰਗ ਸਿੰਘ ਕਿਹੜੀ ਜਥੇਬੰਦੀ ਸੀ? ਨਿਹੰਗ ਸਿੰਘ ਤਰਨਾ ਦਲ ਦੇ ਆ ਜੀ, ਤਰਨਾ ਦਲ ਦੇ ਆ। ਬਾਬਾ ਬੂਟਾ ਸਿੰਘ ਅਤੇ ਬਾਬਾ ਗੁਰਦੇਵ ਸਿੰਘ, ਇਹ ਬਾਬਾ ਦੋਨੋਂ ਨਿਹੰਗ ਸਿੰਘ ਮੋਹਰੇ ਸੀਗੇ ਜੀ। ਇਹਨਾਂ ਨੇ ਉੱਥੇ ਘੁਮਾਈ ਗੱਡੀ, ਫਿਰ ਥੋੜ੍ਹੀ ਦੇਰ ਮੇਰੇ ਵੀ ਫਗਵਾੜੇ ਤੋਂ 2-3 ਸਿੰਘ ਆਉਣੇ ਸੀਗੇ, ਉਹ ਸਿੰਘ ਆਏ ਜੀ ਫਗਵਾੜੇ ਤੋਂ। ਉਹਨਾਂ ਦੇ ਆਉਂਦੇ ਇਹਨਾਂ ਨੇ ਗੱਡੀ ਘੁਮਾਈ ਤਾਂ ਗੁਰਦੁਆਰੇ ਸਾਹਿਬ ਵੱਲ ਨੂੰ ਚੱਲ ਗਏ। ਅਸੀਂ ਪਿੱਛੇ ਮੋਟਰਸਾਈਕਲ ਲਾਏ, ਇਹਨਾਂ ਦੇ ਪਿੱਛੇ ਮੋਟਰਸਾਈਕਲ ਲਾ ਕੇ ਤਾਂ ਅਸੀਂ ਗੁਰਦੁਆਰੇ ਸਾਹਿਬ ਗਏ। ਗੁਰਦੁਆਰੇ ਸਾਹਿਬ ਦੇਖਿਆ ਤਾਂ ਗੁਰਦੁਆਰੇ ਸਾਹਿਬ ਜਾ ਕੇ ਉਹ ਮਹਾਰਾਜ ਦੇ ਸਰੂਪ ਬਿਲਕੁਲ ਤਿਆਰ ਸਨ। ਗੁਰਦੁਆਰੇ ਸਾਹਿਬ ਜਦੋਂ ਮੈਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਇੱਦਾਂ ਫੜਿਆ ਹੋਇਆ ਸੀ, ਅਕਾਲ ਤਖਤ ਸਾਹਿਬ ਦਾ ਇਹ ਹੁਕਮਨਾਮਾ ਜੀ ਮੇਰੇ ਕੋਲ, ਇਹ ਜੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇੱਦਾਂ ਫੜਿਆ ਹੋਇਆ ਸੀ ਅਤੇ ਨਾਲ ਮੈਂ ਇੱਦਾਂ ਫੋਨ ਫੜਿਆ ਹੋਇਆ ਸੀ। ਮੈਂ ਫੋਨ ਫੜ ਕੇ ਤਾਂ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਦਿਖਾਉਣ ਦੀ ਨਿਹੰਗ ਸਿੰਘਾਂ ਨੂੰ ਕੋਸ਼ਿਸ਼ ਕੀਤੀ ਕਿ ਮੈਂ ਦੇਖੋ ਜੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਤੁਸੀਂ ਉਲੰਘਣਾ ਨਾ ਕਰੋ, ਵੀ ਤੁਸੀਂ ਆਹ ਕੰਮ ਨਾ ਕਰੋ, ਵੀ ਤੁਸੀਂ ਨਾ ਇਹਨਾਂ ਨੂੰ ਜਾਣ ਦਿਓ। ਉਹਨਾਂ ਨੇ ਮੇਰਾ ਫੋਨ ਖੋਲਿਆ ਹੱਥ ਦੇ ਵਿੱਚੋਂ ਜੀ, ਅਤੇ ਮੈਨੂੰ ਪਿੱਛੋਂ ਆ ਕੇ ਇਹਨਾਂ ਨੇ, ਜਦੋਂ ਮੈਂ ਇੰਨੀ ਗੱਲ ਕਹੀ ਸੀਗੀ ਤਾਂ ਪਿੱਛੋਂ ਅਵਤਾਰ ਸਿੰਘ ਤਾਂ ਸੁੱਚਾ ਸਿੰਘ ਜੀ ਪਿੰਡ ਦੇ, ਇਹਨਾਂ ਨੇ ਪਿੱਛੋਂ ਆਵਾਜ਼ ਮਾਰੀ, ਕਹਿੰਦੇ ਇਹੀ ਆ ਜ਼ਿਆਦਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਲੈ ਕੇ ਘੁੰਮਦਾ, ਇਹਨੂੰ ਚੁੱਕ ਲਓ। ਉਹਨਾਂ ਦੋਨਾਂ ਨੇ ਆਵਾਜ਼ ਮਾਰੀ ਤਾਂ ਨਿਹੰਗ ਸਿੰਘ ਪਿੱਛੋਂ ਆਏ, ਮੈਨੂੰ ਮੂਹਰਿਓਂ ਆਏ, ਦੋਕ ਨੂੰ ਤਾਂ ਮੈਂ ਫੜੀ ਰੱਖਿਆ ਜੀ। ਪਿੱਛੋਂ 10-15 ਜਣੇ ਸੀਗੇ ਇਹ, ਮੇਰੇ ਤੋਂ ਇੰਨੇ ਸਾਂਭ ਨਹੀਂ ਹੋਏ। ਤਾਂ ਇਹ ਤੋਂ ਬਾਅਦ ਇਹਨਾਂ ਨੇ ਮੇਰੇ ਪਿੱਛੋਂ ਦੀ ਆ ਕੇ ਪਤਾ ਨਹੀਂ ਕੀ ਤੇਜ਼ ਧਾਰ ਨਾਲ ਮੇਰੇ ਮਾਰਿਆ, ਮੇਰਾ ਸਿਰ ਜ਼ਖਮੀ ਕੀਤਾ ਜੀ। ਮੈਂ ਫਿਰ ਵੀ ਨਾ ਮੰਨਦੇ ਹੋਏ ਸਿਰ ਨੂੰ ਕੁਛ ਵੀ ਨਹੀਂ ਮੰਨਿਆ, ਫਿਰ ਵੀ ਇਹਨਾਂ ਨਾਲ ਮੈਂ ਕਾਫੀ ਦੇਰ ਤੱਕ ਜੂਝਦਾ ਰਿਹਾ। ਜੂਝਣ ਤੋਂ ਬਾਅਦ ਮੇਰਾ ਖੂਨ ਕਾਫੀ ਨਿਕਲ ਰਿਹਾ ਸੀਗਾ ਅਤੇ ਮੈਨੂੰ ਕੁਛ ਦਿਸਿਆ ਨਹੀਂ। ਮੈਨੂੰ ਹੁਣ ਜਿੱਦਾਂ ਮਾੜੀ ਜਿਹੀ ਹੋਸ਼ ਆਈ ਹੈ ਤਾਂ ਇਹਨਾਂ ਲੋਕਾਂ ਨੇ ਮੈਨੂੰ ਦੱਸਿਆ, ਕੁਛ ਮੇਰੇ ਬੇਟੇ ਦੱਸਿਆ ਆ, ਪਾਪਾ ਜੀ ਤੁਸੀਂ ਉੱਥੋਂ ਗੁਰਦੁਆਰੇ ਸਾਹਿਬ ਦੇ ਰੁਮਾਲੇ ਸਾਹਿਬ ਚੁੱਕ ਕੇ ਪੁੰਝਣ ਲੱਗਾ। ਮੈਂ ਕਿਹਾ ਜੀ ਮੈਨੂੰ ਪਤਾ ਨਹੀਂ ਲੱਗਾ, ਮੈਨੂੰ ਹੁਣ ਕੁਛ ਪਤਾ, ਉਸ ਵੇਲੇ ਹੋਸ਼ ਨਹੀਂ ਰਹੀ ਮੈਨੂੰ ਇੰਨੀ, ਅਤੇ ਮੇਰੇ ਹੱਥ 'ਚ ਰੁਮਾਲੇ ਸਾਹਿਬ ਜੋ ਕੁਛ ਵੀ ਆਇਆ। ਜਦੋਂ ਤੁਹਾਡੇ ਖੂਨ ਵਗਦਾ ਸੀਗਾ ਅਤੇ ਤੁਸੀਂ ਜੋ ਤੁਹਾਡੇ ਹੱਥ ਵਿੱਚ ਆ ਗਿਆ, ਤੁਸੀਂ ਉਹਦੇ ਨਾਲ ਆਪਣਾ ਖੂਨ ਪੁੰਝਣ ਲੱਗ ਗਏ, ਕਿਉਂਕਿ ਤੁਹਾਡੇ ਗਹਿਰੀ ਸੱਟ ਲੱਗੀ ਹੋਈ। ਮੇਰੇ ਗਹਿਰੀ ਸੱਟ ਲੱਗੀ ਹੋਈ ਜੀ, ਮੇਰੇ ਹੱਥ 'ਚ ਪਤਾ ਹੀ ਨਹੀਂ ਲੱਗਾ ਜੀ ਮੈਨੂੰ ਕੁਛ ਵੀ। ਇਹਨਾਂ ਨੇ ਮੇਰੇ ਹੱਥ 'ਚੋਂ ਰੁਮਾਲੇ ਸਾਹਿਬ ਖੋਏ, ਕਹਿੰਦੇ ਤੂੰ ਬੇਅਦਬੀ ਕੀਤੀ ਆ। ਮੈਂ ਸਿੱਖ ਕੌਮ ਤੋਂ ਆਪਣੀ ਤੋਂ, ਮੈਂ ਗੁਰਸਿੱਖ ਹੋਣ ਦੇ ਨਾਤੇ ਮੈਂ ਮਾਫ਼ੀ ਮੰਗਦਾ, ਜੇ ਮੇਰੇ ਤੋਂ ਐਡੀ ਬੜੀ ਗਲਤੀ ਹੋਈ ਹੋਵੇ, ਬੇਅਦਬੀ ਹੋਈ ਹੋਵੇ, ਮੈਂ ਉਹਦਾ ਦੇਣਹਾਰ ਹਾਂ। ਜੋ ਮੈਨੂੰ ਤੁਸੀਂ ਸਜ਼ਾ ਦਿਓਗੇ ਮੈਂ ਲਊਂਗਾ ਉਸ ਬੇਅਦਬੀ। ਮੇਰੇ ਖੂਨ ਦੇ ਵਿੱਚ, ਮੇਰੇ ਸਿਰ ਦੇ ਵਿੱਚ ਪਹਿਲਾਂ ਵੀ ਸੱਟ ਲੱਗੀ ਹੋਈ ਹੈ। ਇਹਨਾਂ ਨੂੰ, ਪਿੰਡ ਵਾਲਿਆਂ ਨੂੰ ਪਤਾ ਸੀਗਾ ਕਿ ਇਹਦੇ ਸੱਟ ਲੱਗੀ ਹੋਈ ਹੈ। ਇਹਨਾਂ ਨੇ
ਨਿਹੰਗ ਸਿੰਘਾਂ ਨੂੰ ਮੇਰੇ ਫੌਜ ਦੇ ਵਿੱਚ ਸਿਰ ਦੇ ਵਿੱਚ ਗੋਲੀ ਇੱਥੋਂ ਨਿਕਲ ਗਈ ਸੀ। ਹੁਣ ਤੁਹਾਡੇ ਸਿਰ ਦੇ ਵਿੱਚ ਪੱਟੀ ਕੀਤੀ ਹੋਈ ਆ? ਹਾਂਜੀ ਜੀ। ਬੜਾ ਦਿਖਾ ਸਕਦੇ ਸਾਡੇ ਸਰੋਤਿਆਂ ਨੂੰ? ਹਾਂਜੀ। ਇਹ ਸਰੋਵਰੀ ਕਮੇਟੀ ਦਾ ਅਕਾਲ ਤਖਤ ਦਾ ਜਿਹੜਾ ਤੁਸੀਂ ਲਈ ਫਿਰਦੇ ਆ ਹੁਕਮਨਾਮਾ, ਕੀ ਇਹ ਗੱਲ ਜਿਹੜੀ ਆ ਅਕਾਲ ਤਖਤ ਦੇ ਨੋਟਿਸ ਵਿੱਚ ਹੈਗੀ ਆ? ਅਕਾਲ ਤਖਤ ਸਾਹਿਬ ਦੇ ਨੋਟਿਸ ਵਿੱਚ ਵੀ ਮੈਂ ਦਿੱਤੀ ਹੋ ਜੀ। ਕੇਸਗੜ੍ਹ ਸਾਹਿਬ ਵੀ ਮੈਂ ਬਹੁਤ, ਮੇਰੇ ਮੋਟਰਸਾਈਕਲ ਦੇ ਟਾਇਰ ਘਿਸ ਗਏ ਜੀ। ਮੈਂ ਇਸ ਗੱਲ ਨੂੰ ਲੈ ਕੇ ਕਦੀ ਕਿਤੇ ਬਹੁਤ ਮੈਂ ਘੁੰਮਿਆ ਜੀ, ਲੇਕਿਨ ਕਿਤੇ ਵੀ ਇਹਨਾਂ ਲੋਕਾਂ ਨੇ ਮੇਰੀ ਸੁਣਵਾਈ ਨਹੀਂ ਕੀਤੀ। ਮੈਨੂੰ ਬਹੁਤ ਇਹਨਾਂ ਨੇ ਪਰੇਸ਼ਾਨ ਕੀਤਾ। ਮੈਂ ਜਠੇਰਿਆਂ ਦੇ ਖਿਲਾਫ, ਜਠੇਰਿਆਂ ਦੇ ਮੈਂ ਇਹਨਾਂ ਲੋਕਾਂ ਨੂੰ ਕਹਿੰਦਾ ਵੀ ਤੁਸੀਂ ਜਠੇਰਿਆਂ ਵਿੱਚ ਜਾਓ, ਅਸੀਂ ਤੁਹਾਨੂੰ ਨਹੀਂ ਰੋਕਦੇ, ਜਠੇਰਿਆਂ ਤੋਂ ਜਾਣ ਨੂੰ ਨਹੀਂ ਰੋਕਦੇ। ਜਠੇਰਿਆਂ ਨੂੰ ਮੰਨੋ, ਜਾਓ ਤੁਸੀਂ ਉੱਥੇ, ਲੰਗਰ ਲਾਓ ਤੁਸੀਂ, ਉੱਥੇ ਕੀਰਤਨ ਕਰਵਾਓ, ਤੁਸੀਂ ਜੋ ਕਰਨਾ ਕਰੋ, ਪਰ ਮੇਰੇ ਗੁਰੂ ਨੂੰ, ਮੇਰੇ ਪਰਬ੍ਰਹਮ ਨੂੰ, ਮੇਰੇ ਸੱਚੇ ਪਾਤਸ਼ਾਹ ਨੂੰ ਉੱਥੇ ਨਾ ਲੈ ਕੇ ਜਾਓ। ਮੇਰਾ ਸੱਚੇ ਪਾਤਸ਼ਾਹ ਆਪ ਨਹੀਂ ਜਾਣਾ ਚਾਹੁੰਦਾ, ਕਿਉਂਕਿ ਮੇਰਾ ਸੱਚੇ ਪਾਤਸ਼ਾਹ ਆਪ ਕਹਿੰਦਾ ਹੈ, ਦੁਬਧਾ ਨਾ ਪੜੋ, ਹਰ ਬਿਨ ਔਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਉਹ ਮੈਨੂੰ ਵੀ ਮਨਾ ਕਰਦਾ ਹੈ ਤਾਂ ਆਪ ਕਿੱਦਾਂ ਰੁਕ ਜਾਊਗਾ ਉਹ? ਇਹ ਲੋਕ ਉਹਨਾਂ ਨੂੰ ਘੜੀਸ ਕੇ ਜ਼ਬਰਦਸਤੀ ਮਹਾਰਾਜ ਨੂੰ ਇਹਦੇ ਨੂੰ ਲੈ ਕੇ ਜਾਂਦੇ ਆ। ਮੈਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਕਿ ਮੇਰੇ ਸੱਚੇ ਪਾਤਸ਼ਾਹ, ਮੈਂ ਆਪਣਾ ਫੀਸ ਵੱਧ ਵੱਧ ਕਟਾ ਦਊ, ਲੇਕਿਨ ਆਪਣੇ ਸੱਚੇ ਪਾਤਸ਼ਾਹ ਨੂੰ ਉੱਥੇ ਨਹੀਂ ਜਾਣ ਦਊਗਾ ਮੈਂ। ਇਹਨਾਂ ਲੋਕਾਂ ਨੇ, ਇਹਨਾਂ ਨੇ ਚਾਰ ਪੈਸਿਆਂ ਦੀਆਂ ਛਿੱਲੜਾਂ ਦੀ ਖਾਤਰ ਇੱਕ ਪਾਠ ਦਾ 10,000 ਰੁਪਇਆ ਲੈਂਦੇ ਆ ਜੀ, ਬਾਹਰੋਂ ਮੁੰਡੇ ਕਰਵਾਉਂਦੇ ਆ। 10,000 ਰੁਪਏ ਦੇ ਪਾਠਾਂ ਨੂੰ ਮੇਰੇ ਗੁਰੂ ਨੂੰ ਹੀ ਨਹੀਂ ਵੇਚਿਆ ਆ। ਇਹ ਤਿੰਨ ਬੰਦੇ ਆ ਪਿੰਡ ਦੇ, ਸੁੱਚਾ ਸਿੰਘ, ਅਵਤਾਰ ਸਿੰਘ ਪ੍ਰਧਾਨ ਗੁਰਦੁਆਰੇ ਦਾ, ਤੇ ਇੱਕ ਗੁਰਮੀਤ ਸਿੰਘ ਪਟਵਾਰੀ, ਇਹਨਾਂ ਦੇ ਨਾਲ ਇੱਕ ਅਜਾਇਬ ਸਿੰਘ, ਇੱਕ ਮੁੰਡਾ ਇੱਕ ਬੱਬੂ ਆ ਉਹਨੂੰ ਕਹਿੰਦੇ, ਇਹ ਮੋਹਰੇ ਹੋ ਕੇ ਇਹਨਾਂ ਨੇ ਜ਼ਿਆਦਾ ਮੇਰੇ ਬਾਰੇ ਬਹੁਤ ਬਰਖਿਲਾਫ ਜੋ ਕੁਛ ਬੋਲਿਆ, ਬਹੁਤ ਕੁਛ ਬੋਲਿਆ। ਮੈਂ ਸੱਚਾ ਗੁਰੂ ਦਾ ਸਿੱਖਿਆ, ਮੈਨੂੰ ਕਹਿੰਦੇ ਕੀਰਤਨ ਦੀਆਂ ਦੋ ਦੋ ਤਿੰਨ ਤਿੰਨ ਵਾਰ ਲੈਂਦਾ, ਬੋਲਦਾ ਮੈਨੂੰ ਪਾਠ ਕਰਦਾ ਤੂੰ ਤਿੰਨ ਤਿੰਨ ਵਾਰ। ਮੈਨੂੰ ਸੱਚੇ ਪਾਤਸ਼ਾਹ ਦੱਸੇ ਵੀ ਮੈਨੂੰ, ਮੈਂ ਤਿੰਨ ਤਿੰਨ ਵਾਰ ਕੀਰਤਨ ਕਰਦਾ, ਹਾਰਮੋਨੀਅਮ ਜਾਣਦਾ ਮੈਂ, ਜੇ ਮੈਂ ਤਿੰਨ ਤਿੰਨ ਵਾਰ ਬੋਲਦਾ ਇੱਕ ਇੱਕ ਪੰਕਤੀ ਨੂੰ ਗਲਤ ਹੈ, ਹੈਂ ਮੈਂ ਤਿੰਨ ਤਿੰਨ ਵਾਰੀ, ਮੈਨੂੰ ਜੋਸ਼ ਆਉਂਦਾ ਕੀਰਤਨ ਕਰਦੇ ਨੂੰ, ਮੈਂ ਸੱਚੇ ਪਾਤਸ਼ਾਹ ਦੇ ਵਿੱਚ ਨਾਮ ਵਿੱਚ ਡੁੱਬ ਜਾਂਦਾ। ਮੈਂ ਭਾਵਾਂ 40 ਵਾਰ ਬੋਲਾਂ ਉਸ ਪੰਕਤੀ ਨੂੰ, ਹੈਂ ਮੇਰੇ ਸੱਚੇ ਪਾਤਸ਼ਾਹ ਦਾ ਨਾਂ ਲੈ ਰਿਹਾ, ਕਿਸੇ ਨੂੰ ਗਾਲਾਂ ਤਾਂ ਨਹੀਂ ਕੱਢ ਰਿਹਾ ਮੈਂ, ਲੇਕਿਨ ਇਹਨਾਂ ਨੂੰ ਪਤਾ ਨਹੀਂ ਕੀ ਦੁੱਖ ਹੈ। ਕਹਿੰਦੇ ਇਸ਼ਾਰੇ ਕਰਦਾ, ਹੁਣ ਪਿੱਛੇ ਕੁੜੀਆਂ ਆ ਕੇ ਖੜੀਆਂ ਹੋ ਜਾਂਦੀਆਂ ਇੱਦਾਂ ਦੀਆਂ, ਪਿੱਛੇ ਪਿੱਛੇ ਆ ਕੇ ਜ਼ੋਰ ਜ਼ੋਰ ਨਾਲ ਹੱਸਦੀਆਂ ਵੀ ਆ, ਗਾਲਾਂ ਇੱਕ ਦੂਜੇ ਨਾਲ ਗੱਲਾਂ ਕਰਦੀਆਂ। ਮੇਰੇ ਗੁਰੂ ਦੀ ਉਸ ਵੇਲੇ ਬੇਅਦਬੀ ਹੁੰਦੀ ਆ, ਮੈਂ ਜਿੱਥੇ ਪਾਠ ਕਰਦੇ ਹਾਂ ਉਸ ਵੇਲੇ ਭੁੱਲਦੇ ਹਾਂ, ਅਤੇ ਇਹ ਕੁੜੀਆਂ ਮੈਨੂੰ ਕਹਿ ਰਹੀਆਂ ਕਿ ਤੂੰ ਇਸ਼ਾਰੇ ਕਰਦਾ। ਮੈਂ ਹੁਣ ਮੂੰਹ 'ਤੇ ਹੱਥ ਰੱਖ ਕੇ ਵੀ ਇਹ ਤਾਂ ਕਹਿਣਾ ਹੀ ਆ ਕਿ ਬੁੱਤ ਚੁੱਪ ਕਰੋ, ਬੋਲੋ ਨਾ, ਗੁਰੂ ਸਾਹਿਬ ਦੇ ਸਾਹਮਣੇ ਰੌਲਾ ਨਾ ਪਾਓ। ਇਹ ਪ੍ਰਧਾਨ ਅਵਤਾਰ ਸਿੰਘ ਫੌਜ ਦੇ ਵਿੱਚੋਂ ਆਇਆ, ਇਹ ਆਪਣੇ ਸੂਬੇਦਾਰ ਮੇਜਰ ਜੀ, ਮੈਂ ਵੀ ਫੌਜ 'ਚੋਂ ਆਇਆ, ਇੱਕ ਸੂਬੇਦਾਰ ਮੇਜਰ ਇੱਕ CO ਦੇ ਮੂਹਰੇ ਕਿੱਦਾਂ ਤੱਕੀਆਂ ਖੋਲ੍ਹਦਾ ਆ, ਕਿੱਦਾਂ ਗੱਡੀਆਂ ਦੀਆਂ ਤੱਕੀਆਂ ਖੋਲ੍ਹਦਾ, ਕਿੱਦਾਂ ਸੇਵਾ ਕਰਦਾ ਆ। ਉਹ ਬੱਤੀ ਨਹੀਂ ਬੰਦ ਹੋਣ ਦਿੰਦਾ ਜਦ ਤੱਕ CO ਸਾਹਿਬ ਦੂਰ ਤੱਕ ਆਪਣੇ ਘਰ ਤੱਕ ਨਹੀਂ ਪਹੁੰਚ ਜਾਂਦਾ। ਇੱਥੇ ਮੇਰਾ ਬਾਪ, ਮੇਰਾ ਪ੍ਰਭੂ, ਮੇਰਾ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਲੇ ਤਾਬਿਆਂ 'ਤੇ ਹੁੰਦੇ ਆ, ਉੱਥੇ ਪਹਿਲਾਂ ਹੀ ਗੁਰਦੁਆਰੇ ਸਾਹਿਬ ਬੱਤੀਆਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੰਦਾ। ਉਹ ਤੋਂ ਬਾਅਦ ਇੱਕ ਦਿਨ ਇੱਕ ਇਲੈਕਟ੍ਰੀਸ਼ੀਅਨ ਲਿਆ ਕੇ ਉੱਥੇ ਪੱਖਾ ਲਾਉਣਾ ਸੀਗਾ। ਮੇਰਾ ਦਾਤਾ ਬਰਾਜਮਾਨ ਸੀ ਤਾਬਿਆਂ ਦੇ ਉੱਤੇ, ਮੈਂ ਇਹਨੂੰ ਕਿਹਾ, ਮੈਂ ਕਿਹਾ ਦਾਤਾ ਜੀ ਤਾਬਿਆਂ ਦੇ ਆ, ਚਾਚਾ ਜੀ ਨਾ ਕਰੋ ਇੱਦਾਂ ਦਾ ਕੰਮ। ਇਹਨੇ ਕੀ ਕੀਤਾ, ਕਹਿੰਦਾ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ। ਮੈਂ ਉਹਨੂੰ ਰੋਕਿਆ, ਲੇਕਿਨ ਨਹੀਂ ਰੁਕਿਆ। ਫਿਰ ਮੈਂ ਜਦੋਂ ਕੈਮਰਾ ਕੱਢਿਆ, ਉਸਨੇ ਫਿਰ ਉਹਨੂੰ ਥੱਲੇ ਉਤਾਰ ਲਿਆ, ਕਹਿੰਦਾ ਉਤਰਿਆ ਥੱਲੇ। ਫਿਰ ਉਸਨੇ, ਮੈਂ ਫਿਰ ਮਹਾਰਾਜ ਜੀ ਤਾਬਿਆਂ 'ਤੇ ਮਹਾਰਾਜ ਦਾ ਸੁੱਖ ਆਸਣ ਕੀਤਾ, ਮਹਾਰਾਜ ਦਾ ਸੁੱਖ ਆਸਣ ਕਰਕੇ ਫਿਰ ਮਹਾਰਾਜ ਨੂੰ ਉੱਥੇ ਉਹਨੂੰ ਪੱਖਾ ਲਵਾਉਣ ਦੀ ਇਜਾਜ਼ਤ ਦਿੱਤੀ। ਉਸ ਤੋਂ ਬਾਅਦ ਪਿੰਡ ਵਿੱਚ ਇੱਕ ਲੜਕੀ ਦਾ ਵਿਆਹ ਸੀਗਾ ਜੀ, ਆਹ ਹੁਣ ਸਾਲ ਕੁ ਹੋ ਗਿਆ। ਪੱਖਾ ਕਿੱਥੇ ਲਵਾਇਆ, ਸੱਚਖੰਡ 'ਚ? ਸੱਚਖੰਡ 'ਚ ਨਹੀਂ ਜੀ, ਜਿੱਥੇ ਮਹਾਰਾਜ ਦੀ ਤਾਬਿਆ, ਜਿੱਥੇ ਰੋਜ਼ ਮਹਾਰਾਜ ਦਾ ਸਿੰਘਾਸਣ ਪ੍ਰਕਾਸ਼ ਹੁੰਦਾ ਆ, ਉੱਥੇ ਪੱਖਾ ਲਵਾਇਆ ਸੀਗਾ ਜੀ। ਠੀਕ ਆ ਜੀ। ਉਹ ਤੋਂ ਬਾਅਦ ਇੱਕ ਕੁੜੀ ਦਾ ਹਾਲੇ ਸਾਲ ਕੁ ਹੋ ਗਿਆ ਜੀ, ਵਿਆਹ ਹੋਇਆ। ਵਿਆਹ ਹੋਇਆ ਕੁੜੀ ਦੀ, ਉੱਥੇ ਇਹਨੇ ਪ੍ਰਧਾਨ ਨੇ ਅਤੇ ਸੁੱਚਾ ਸਿੰਘ ਅਵਤਾਰ ਸਿੰਘ ਨੇ, ਤਾਂ ਸੁੱਚਾ ਸਿੰਘ ਤਾਬਿਆਂ 'ਤੇ ਬੈਠਾ ਆ। ਉਸ ਕੁੜੀ ਦੀ ਤੁਸੀਂ ਵੀਡੀਓ ਕਢਵਾ ਕੇ ਉਸ ਕੁੜੀ ਦਾ ਦੇਖੋ, ਹੁਣ ਕਿਤੇ ਦਲੀਲ ਤਾਂ ਮਰੀ ਹੈ, ਵੀਡੀਓ ਜਾਣ ਤੋਂ ਬਾਅਦ ਕਰ ਲੈਣੇ ਇਹ। ਠੀਕ ਆ ਜੀ। ਉਹਨਾਂ ਦੇ ਮਾਂ ਬਾਪ ਨੂੰ ਪੁੱਛਿਓ ਬਾਹਰ ਆ। ਇਹਨਾਂ ਨੇ ਉੱਥੇ ਗੁਰੂ ਸਾਹਿਬ ਦੇ ਸਾਹਮਣੇ ਬਿਠਾ ਕੇ ਕੁੜੀ ਦਾ ਤਿਲਕ ਕਰਵਾਇਆ। ਅੱਛਾ। ਗੁਰੂ ਸਾਹਿਬ ਨੂੰ ਤਿਲਕ ਲਵਾਇਆ। ਜਦੋਂ ਮੈਂ ਇਹਦੀ ਰੌਲੀ ਪਾਈ, ਇਹਨਾਂ ਨੇ, ਮੇਰੀ ਗੱਲ ਦਾ ਪਿੰਡ ਵਾਲਿਆਂ ਨੇ ਵਿਰੋਧ ਕੀਤਾ, ਲੇਕਿਨ ਮੈਨੂੰ ਕੁੜੀ ਦਾ ਸਹੁਰਾ ਸੀਗਾ ਜਿਹੜਾ, ਉਹ ਆ ਕੇ ਮੈਨੂੰ ਆਪ ਕਹਿੰਦਾ, ਸਿੰਘ ਸਾਹਿਬ ਤੁਸੀਂ ਬਹੁਤ ਵਧੀਆ ਆ, ਤੁਸੀਂ ਜੋ ਗੱਲ ਕਹੀ ਆ ਸੱਚੀ ਕਹੀ ਆ, ਇਹਨਾਂ ਨੂੰ ਅਕਲ ਨਹੀਂ ਆਉਣੀ।